ਜਿਵੇਂ ਅਸੀਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੇ ਸਮਝਦੇ ਹਾਂ ਜਿਹੜੇ ਅੱਜ ਉਸ ਧਰਤੀ ਤੇ ਪਹੁੰਚੇ ਹਾਂ ਜਿੱਥੇ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਨੇ ਉਹਨਾਂ ਨੇ ਜਨਮ ਲਿਆ ਹੈ ਤੇ ਬੜੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਉਹਨਾਂ ਕੁਰਬਾਨੀਆਂ 'ਚ ਦੇਸ਼ ਨੂੰ ਆਜ਼ਾਦ ਕਰਾਉਣੀਆਂ ਸਭ ਤੋਂ ਵੱਡੇ ਜਿਹੜੇ ਸ੍ਰੀ ਮੌਰ ਰਹੇ ਨੇ ਸਰਦਾਰ ਭਗਤ ਸਿੰਘ ਰਹੇ ਨੇ ਇਹ ਅੱਜ ਉਹਨਾਂ ਦੀ ਧਰਤੀ ਤੇ ਉਹਨਾਂ ਦੇ ਪਿੰਡ ਪਹੁੰਚਣ ਦਾ ਮੌਕਾ ਮਿਲਿਆ ਹੈ ਉਹਨਾਂ ਦੇ ਚਰਨਾਂ 'ਚ ਸੀਸ ਨਿਵਾ ਰਹੇ ਸੀ ਪਰ ਬਦਕਿਸਮਤੀ ਦੇਸ਼ ਦੀ ਇਹ ਹੈ ਕਿ ਜਿਹੜਾ ਸੁਪਨੇ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਫਾਂਸੀ ਤੇ ਚੜ੍ਹੇ ਸੀ ਅੱਜ ਉਹ ਦੇਸ਼ ਬਚਿਆ ਨਹੀਂ ਹੈ ਉਹਨਾਂ ਤੇ ਆਮ ਲੋਕਾਂ ਵਾਸਤੇ ਗਰੀਬਾਂ ਵਾਸਤੇ ਦੇਸ਼ ਦਾ ਸੁਪਨਾ ਲਿਆ ਸੀ ਬਰਾਬਰ ਹੋਣਗੇ ਸਾਰੇ ਜਨਤਾ ਦਾ ਰਾਜ ਹੋਏਗਾ ਤੇ ਸਾਰਿਆਂ ਦੇ ਬਰਾਬਰ ਹੱਕ ਹੋਣਗੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਦੇਸ਼ ਦੇ ਵਿੱਚ ਕਾਰਪੋਰੇਟ ਦਾ ਰਾਜ ਹੋਏਗਾ ਤੇ ਇੱਥੇ ਆਮ ਲੋਕ ਭੁੱਖੇ ਮਰਨਗੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਸ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਜਨਮ ਲਿਆ ਹੈ ਉਸ ਪੰਜਾਬ ਦੇ ਵਿੱਚ 3-4 ਕਿਸਾਨ ਰੋਜ਼ਾਨਾ ਸੁਸਾਈਡ ਕਰਨਗੇ ਕਰਜ਼ੇ ਤੋਂ ਦੱਬੇ ਇਹ ਸੁਪਨਾ ਉਹਨਾਂ ਦਾ ਨਹੀਂ ਸੀ ਤੇ ਉਹ ਜਿਹੜਾ ਉਹਨਾਂ ਨੇ ਸੁਪਨਾ ਲਿਆ ਸੀ ਜੇ ਉਸ ਸੁਪਨੇ ਨੂੰ ਆਪਾਂ ਨੇ ਸਾਕਾਰ ਕਰਨਾ ਹੈ ਤੇ ਅੱਜ ਦੇਸ਼ ਦੀ ਦੂਜੀ ਆਜ਼ਾਦੀ ਦੀ ਲੜਾਈ ਦੀ ਲੋੜ ਹੈ ਅੱਜ ਆਰਥਿਕ ਆਜ਼ਾਦੀ ਦੀ ਲੜਾਈ ਦੀ ਲੋੜ ਹੈ ਕਿਉਂਕਿ ਅੱਜ ਇੱਕ ਬੰਦੇ ਕੋਲ 2100 ਕਰੋੜ ਰੁਪਈਏ ਇੱਕ ਦਿਨ ਦੀ ਆਮਦਨ ਦੂਜੇ ਬੰਦੇ ਕੋਲ ਕਿੰਨੀ ਬੜੀ ਆਬਾਦੀ ਹੈ ਜਿਹਦੇ 30-35 ਰੁਪਈਏ ਪਰ ਡੇ ਪ੍ਰਤੀ ਦਿਨ ਦੇ ਵਿੱਚ ਗੁਜ਼ਾਰਾ ਕਰ ਚੁੱਕੇ 20 ਕਰੋੜ ਆਬਾਦੀ ਹੈ ਜਿਹਨਾਂ 2 ਟਾਈਮ ਦੀ ਰੋਟੀ ਨਹੀਂ ਮਿਲਦੀ ਤੇ ਜੇ ਅਸੀਂ ਇਸ ਦੇਸ਼ ਨੂੰ ਬਚਾਉਣਾ ਹੈ ਤੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲਣਾ ਪਏਗਾ ਸਭ ਤੋਂ ਪਹਿਲਾਂ ਕਿਵੇਂ ਸਰ ਪਿਛਲੀ ਵਾਰੀ ਇੱਕ ਬਿਆਨ ਤੁਹਾਡੇ ਵੱਲੋਂ ਆਇਆ ਸੀ ਕਿ ਪੰਜਾਬ ਦੇ ਅੰਦਰ ਕਿਸਾਨਾਂ ਜਿਹੜੀ ਆ ਇਲੈਕਸ਼ਨ ਲੜਨੀ ਚਾਹੀਦੀ ਜਿਹੜਾ ਸੰਯੁਕਤ ਪੂਰੇ ਕਿਸਾਨ ਮੋਰਚੇ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਸੀ ਔਰ ਤੁਹਾਨੂੰ ਸਸਪੈਂਡ ਵੀ ਕੀਤਾ ਗਿਆ ਸੀ ਕੀ ਲੱਗਦਾ ਕਿ ਮਤਲਬ ਤਾਂ ਪੰਜਾਬ ਦੇ ਅੰਦਰ ਵਾਕਈ ਕਿਸਾਨ ਜਿਹੜੀ ਜਥੇਬੰਦੀ ਇਹਨਾਂ ਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਦੇਖੋ ਬਿਲਕੁਲ ਆਉਣਾ ਚਾਹੀਦਾ ਆਪਣੇ ਕੋਲ ਰਸਤਾ ਕੀ ਹੈ ਚਾਰਾ ਕੀ ਹੈ ਕੋਈ ਦੇਸ਼ ਦਾ ਬੁੱਧੀਜੀਵੀ ਕੋਈ ਦੇਸ਼ ਦਾ ਸਮਝਦਾਰ ਸਾਨੂੰ ਇਹ ਦੱਸਦੇ ਵੀ ਦੂਜਾ ਰਸਤਾ ਕੀ ਹੈ ਜੇ ਵੋਟਾਂ ਨਾਲ ਰਾਜ ਬਣਦਾ ਜੇ ਜਨਤਾ ਨੇ ਰਾਜ ਬਣਾਉਣਾ ਹੈ ਫਿਰ ਕਾਰਪੋਰੇਟ ਦਾ ਰਾਜ ਕਿਵੇਂ ਆਪਣੇ ਦੇਸ਼ 'ਚ ਆਇਆ ਫਿਰ ਪੈਸੇ ਵਾਲਾ ਦਾ ਰਾਜ ਕਿਵੇਂ ਆ ਅੱਜ ਦੇ ਸਾਲ ਤੁਸੀਂ ਦੇਖੋ 3% ਲੋਕਾਂ ਦੀ ਆਮਦਨ ਵਧੀ ਹੈ 97% ਲੋਕਾਂ ਦੀ ਆਮਦਨ ਘਟੀ ਹੈ ਤੇ ਜਿਹਦੀ ਵਧੀ ਹੈ ਉਹਦਾ ਹਾਲ ਦੇਖੋ ਪਿਛਲੇ ਸਾਲ ਅੰਬਾਨੀ ਦੀ ਆਮਦਨ 67% ਵਧੀ ਇਸ ਸਾਲ ਅੰਬਾਨੀ ਦੀ ਆਮਦਨ 73% ਵਧੀ ਲਾਕਡਾਊਨ ਤੋਂ ਬਾਅਦ 73% ਵਧੀ 2 ਸਾਲਾਂ ਦੇ ਵਿੱਚ 2.5 ਗੁਣੀ ਹੋ ਗਈ ਹੈ ਇਹ ਕਿਸਾਨਾਂ ਨੂੰ ਕਹਿੰਦੇ ਤੁਹਾਡੀ 2022 ਤੱਕ 2.5-2 ਗੁਣਾ ਹੋਏਗੀ ਰਹੇਗੀ ਅੱਧੀ ਆਪਾਂ ਇਸ ਪਾਲਿਸੀ ਨੂੰ ਜੇ ਬਦਲਣਾ ਹੈ ਤੇ ਉਹਦਾ ਰਸਤਾ ਕੀ ਹੈ ਉਹਦਾ ਰਸਤਾ ਕੇਵਲ ਇੱਕੋ ਰਸਤਾ ਹੈ ਕਿ ਇਹਨਾਂ ਜਿਹੜੇ ਭ੍ਰਸ਼ਟ ਰਾਜਨੀਤੀ ਹੈ ਇਹਨੂੰ ਸਰਨ ਪਾਸੇ ਕਰ ਦਿਓ ਜਿਹੜੇ ਖਾਨਦਾਨੀ ਹੋ ਗਏ ਨੇ ਜਿਹੜੇ ਪੇਸ਼ੇਵਰ ਰਾਜਨੇਤਾ ਹੋ ਗਏ ਨੇ ਇਹਨਾਂ ਸਰਨ ਬਾਹਰ ਕਰੋ ਦੇਸ਼ ਤੋਂ 2022 ਚੁਣਾਵ ਤੁਸੀਂ ਆਗਾਹ ਕਰਨ ਆਏ ਤੁਸੀਂ ਅੱਜ ਬਿਲਕੁਲ ਆਗਾਹ ਕਰਨ ਆਏ ਬਿਲਕੁਲ ਅਸੀਂ ਬੇਨਤੀ ਕਰਨ ਆਏ ਆ ਪੰਜਾਬ ਦੇ ਸਾਰੇ ਭਰਾਵਾਂ ਨੂੰ ਤੇ ਵੀ ਜੇ ਇਸ ਦੇਸ਼ ਨੂੰ ਬਚਾਉਣਾ ਹੈ ਤੇ ਦੂਜਾ ਕੋਈ ਰਸਤਾ ਨਹੀਂ ਹੈ ਚੰਗੇ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਓ ਇਹ ਕਾਰਪੋਰੇਟ ਦਾ ਰਾਜ ਉਖਾੜ ਦਿਓ ਦੇਸ਼ ਤੇ ਸੀਐਮਸੀ ਦਾ ਕਿਹੜਾ ਹੋਊਗਾ ਇਹ ਤੇ ਅਜੇ ਆਪਾਂ ਤੈਅ ਨਹੀਂ ਕੀਤਾ ਇਹ ਤੇ ਆਪਾਂ ਅਜੇ ਸ਼ੁਰੂਆਤ ਕੀਤੀ ਹੈ ਤੇ ਇੱਕ ਵਿਚਾਰ ਉਤਪਨ ਹੋਇਆ ਹੈ ਸ਼ਹੀਦ ਸਰ ਸੈਨਾ ਦੀ ਸਰਜਮੀ ਤੋਂ ਤੁਸੀਂ ਅੱਜ ਅਨਾਉਂਸਮੈਂਟ ਵੀ ਕਰੋਗੇ ਕਿ ਬੰਗਾ ਵਿਧਾਨ ਸਭਾ ਤੋਂ ਕੋਈ ਉਮੀਦਵਾਰ ਨਹੀਂ ਇਹੋ ਜਿਹਾ ਅਸੀਂ ਕੋਈ ਅਨਾਉਂਸਮੈਂਟ ਨਹੀਂ ਕਰ ਸਕਦੇ ਕਿਉਂਕਿ ਅਜੇ ਮੈਂ ਦੱਸ ਰਿਹਾ ਤੁਹਾਨੂੰ ਅਜੇ ਤੇ ਇੱਕ ਵਿਚਾਰ ਛੱਡਿਆ ਹੈ ਪੰਜਾਬ ਦੇ ਲੋਕ ਕਿਵੇਂ ਦਾ ਹੰਗਾਰਾ ਦਿੰਦੇ ਨੇ ਉਸ ਤੇ ਪਾਰਟੀ ਦਾ ਨਾਮ ਕੋਈ ਸੋਚਿਆ ਸਰ ਕਿਸਾਨ ਮੋਰਚਾ ਤੋਂ ਸਸਪੈਂਡ ਕੀਤਾ ਗਿਆ ਅਜੇ ਕੁਝ ਨਹੀਂ ਸਰ ਸਹੀ ਕਿਸਾਨ ਮੋਰਚਾ ਵੱਲੋਂ ਤੁਹਾਨੂੰ ਸਸਪੈਂਡ ਕੀਤਾ ਗਿਆ ਸੀ ਇੱਕ ਹਫਤੇ ਲਈ ਮੈਨੂੰ 1 ਵਾਰੀ ਨਹੀਂ ਮੈਨੂੰ 100 ਵਾਰੀ ਸਸਪੈਂਡ ਕਰੋ ਪਰ ਮੈਂ ਆਪਣੀ ਜਿਹੜੀ ਵਿਚਾਰ ਹੈ ਉਹ ਜਨਤਾ ਤੱਕ ਜ਼ਰੂਰ ਸਾਰੇ ਤੁਹਾਡਾ ਸਰ ਪਲੀਜ਼ ਪੰਜਾਬ ਦੇ ਕਿਤੇ ਜਥੇਬੰਦੀ ਤੁਹਾਡੇ ਨਾਲ ਹੈ ਦੇਖੋ ਪੰਜਾਬ ਦਾ ਜਿਹੜਾ ਆਮ ਜਨਮਾਨਸ ਹੈ ਉਹਦਾ ਬਹੁਤ ਚੰਗਾ ਹੁੰਦਾ ਹੈ ਪਰ ਮੈਂ ਇੱਕ ਚੀਜ਼ ਮੈਂ ਉਹਦੇ ਨਾਲ ਹੋਰ ਕਲੀਅਰ ਕਰਦਾ ਕਿ ਕਿਸੇ ਨੂੰ ਕਨਫਿਊਜ਼ਨ ਰਹਿ ਜੇ ਕਿ ਇਹ ਅੰਦੋਲਨ ਦੇ ਵਾਸਤੇ ਸੰਯੁਕਤ ਮੋਰਚਾ ਬਣਿਆ ਸੀ ਇਹ ਅੰਦੋਲਨ ਜਦ ਤੱਕ ਚੱਲੇਗਾ ਸਾਡਾ ਹਿੱਸਾ ਸਭ ਨਾਲੋਂ ਵੱਧ ਉਸ ਅੰਦੋਲਨ ਸਰ ਇਹ ਤੁਹਾਡਾ ਫੈਸਲਾ ਜਾਂ ਸੰਯੁਕਤ ਮੋਰਚੇ ਦਾ ਫੈਸਲਾ ਹੈ ਇਹ ਸਾਡਾ ਫੈਸਲਾ ਹੈ ਸੰਯੁਕਤ ਮੋਰਚੇ ਦਾ ਫੈਸਲਾ ਤੇ ਹਰਿਆਣਾ ਚਿੰਨੂਨੀ ਦਾ ਫੈਸਲਾ ਆ ਜਾਂ ਸੰਯੁਕਤ ਮੋਰਚੇ ਦਾ ਫੈਸਲਾ ਚੋਣਾਂ ਲੜਨਾ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੈ ਮੈਂ ਕਹਿ ਹਟਿਆ ਮਿਸ਼ਨ ਪੰਜਾਬ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੈ ਸਾਡੇ ਵਿਚਾਰਧਾਰਾ ਹੈ ਅਸੀਂ ਵਿਚਾਰਧਾਰਾ ਪੰਜਾਬ ਦੇ ਫਿਰ ਸਰ ਅਲੱਗ ਨਹੀਂ ਹੋ ਗਿਆ ਤੁਹਾਡਾ ਮਿਸ਼ਨ ਅਲੱਗ ਹੋ ਗਿਆ ਸੰਯੁਕਤ ਮੋਰਚੇ ਦਾ ਅਲੱਗ ਨਹੀਂ ਹੈ ਨਹੀਂ ਨਹੀਂ
संयुक्त मोर्चे दा संयुक्त मोर्चा अंदोलन लड़न वास्ते बनया सी केवल तीन कानून चोणा लड़न वास्ते नहीं बनया सी चोणा लड़न वास्ते तीन कानूनां वास्ते सुनो ध्यान नाल सुनो की तीन कानून बनन तो पहला देश दा किसान सुखी सी 5 जून 2020 तो पहला की किसान आत्महत्या नहीं सी कर रहा ये साडे डेथ वारंट ने जे डेथ वारंट आपां वापस भी करा ले ते फिर भी आपां वेंटीलेटर ते रहांगे अंदोलन फेल नहीं होगा अंदोलन किठा रह जाऊगा जो थोड़ी सोच अलग होगी जो सोच अलग होगी फिर अंदोलन किदा किठा रह जाऊ सोच इलेक्शन की अलग है वोटा उन्होंने भी पानी है कितने या वोट नहीं पा गए ਕੀ ਉਹਨਾਂ ਦਾ ਫੈਸਲਾ ਵੋਟ ਨਹੀਂ ਪਾਉਣਗੇ ਕੀ ਦੇਸ਼ ਦੀ ਜਨਤਾ ਕੋਈ ਵੋਟ ਨਹੀਂ ਪਾਏਗੀ ਜਦੋਂ 42 ਜਦੋਂ ਬਸ ਅੰਤਰ ਇਹਨਾਂ ਕਿ ਵੀ ਅਸੀਂ ਕਹਿ ਰਹੇ ਹਾਂ ਆਪਣੀ ਵੋਟ ਆਪਣੇ ਕੋਲ ਪਾ ਲਿਓ ਉਹ ਕਹਿੰਦੇ ਆ ਜਿਹਦੇ ਮਰਜ਼ੀ ਕੋਲ ਪਾ ਲਿਓ ਜਿਹਦੇ ਮਰਜ਼ੀ ਦਾ ਪਾਉਣ ਦਾ ਮਤਲਬ ਇਹ ਹੈ ਜਿਹੜੇ ਸਾਨੂੰ ਲੁੱਟ ਰਹੇ ਨੇ ਸਾਨੂੰ ਕੁੱਟ ਰਹੇ ਨੇ ਕੀ ਉਹਨਾਂ ਨੂੰ ਹੀ ਅਸੀਂ ਮੁੜ ਕੇ ਵੋਟ ਪਾਈਏ ਬੀਜੇਪੀ ਨੂੰ ਕਹਿ ਰਹੇ ਬੀਜੇਪੀ ਨੂੰ ਵੋਟਾਂ ਪਾਓ ਬੀਜੇਪੀ ਨੂੰ ਨਹੀਂ ਕਹਿ ਰਹੇ ਕੀ ਬੀਜੇਪੀ ਨੇ ਲੁੱਟਿਆ ਕੀ ਕਾਂਗਰਸ ਨੇ ਸਾਨੂੰ ਨਹੀਂ ਲੁੱਟਿਆ ਕੀ ਦੂਜੀ ਪਾਰਟੀ ਨੇ ਸਾਨੂੰ ਨਹੀਂ ਲੁੱਟਿਆ ਬੀਜੇਪੀ ਦਾ ਰਾਜ 2014 ਚ ਆਇਆ 2014 ਤੋਂ ਪਹਿਲਾਂ ਕੀ ਹਾਲਤ ਸੀ ਉਸ ਤੋਂ ਪਹਿਲਾਂ ਛੂਟ ਨਹੀਂ ਸੀ ਕਰ ਰਹੇ ਪਿਛਲੇ 20 ਸਾਲਾਂ ਦੇ ਵਿੱਚ 3.5 ਤੋਂ 4 ਲੱਖ ਕਿਸਾਨ ਕਰਜ਼ੇ ਤੋਂ ਦਬ ਕੇ ਆਤਮਹੱਤਿਆ ਕਰ ਚੁੱਕੇ ਨੇ ਜਿੰਨਾ ਹਿੰਦੁਸਤਾਨ ਦੇ ਟੋਟਲ ਕਿਸਾਨਾਂ ਦੇ ਕਰਜ਼ਾ ਹੈ ਨਾ ਉਸ ਤੋਂ 2 ਗੁਣਾ ਕਰਜ਼ਾ ਕਾਰਪੋਰੇਟ ਨੇ ਦੇਸ਼ ਦਾ ਮਾਰ ਲਿਆ ਜਿਹਨੂੰ ਆਪਾਂ ਐਨਪੀਏ ਕਹਿੰਦੇ ਆ ਦੇਸ਼ ਦਾ ਇੱਕ ਵੀ ਪੂੰਜੀਪਤੀ ਦੱਸੋ ਮੈਨੂੰ ਮਰਿਆ ਹੋਇਆ ਕਰਜ਼ੇ ਚ ਕਿਉਂ ਸੰਯੁਕਤ ਮੋਰਚਾ ਸਾਰਾ ਇਹ ਗੱਲ ਕਹਿ ਰਿਹਾ ਕਿ ਅਸੀਂ ਤੁਹਾਡੀ ਸਪੋਰਟ ਨਹੀਂ ਕਰਾਂਗੇ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਲਈ ਨਹੀਂ ਹੈ ਮੈਂ ਕਦੋਂ ਕਿਹਾ ਸਪੋਰਟ ਕਰੋ ਮੈਂ ਇੱਕ ਵਿਚਾਰ ਛੱਡਿਆ ਮੈਂ ਤੇ ਉਹਨਾਂ ਨੂੰ ਕਿਹਾ ਤੁਸੀਂ ਲੜੋ ਮੈਂ ਇਹ ਨਹੀਂ ਕਿਹਾ ਮੈਂ ਲੜਾਂਗਾ ਮੈਂ ਤੇ ਇਹਨਾਂ ਨੂੰ ਕਿਹਾ ਤੁਸੀਂ ਲੜੋ ਤੁਸੀਂ ਆਓ ਅੱਗੇ ਜੇ ਨਹੀਂ ਲੜਦੇ ਉਹਨਾਂ ਦੀ ਮਰਜ਼ੀ ਜਨਤਾ ਦੇ ਵਿੱਚ ਵਿਚਾਰ ਛੱਡਦੇ ਸਰ ਕਿਸਾਨ ਦੋ ਫਾੜ ਨਹੀਂ ਹੋ ਜਾਣਗੇ ਕਿਸਾਨ ਤੁਹਾਡੇ ਮਗਰ ਚੱਲਣਗੇ ਕਿਸਾਨ ਸੰਗਠਨ ਸੰਯੁਕਤ ਮੋਰਚੇ ਦੇ ਨਾਲ ਚੱਲਣਗੇ ਹੋਰ ਜ਼ਿਆਦਾ ਜਾਣਗੇ ਇਸ ਅੰਦੋਲਨ ਦੇ ਵਿੱਚ ਹੋਰ ਜ਼ਿਆਦਾ ਜਾਣਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਵਜਾ ਮਤਲਬ ਰਾਜਨੀਤਿਕ ਪਾਰਟੀ ਬਣਾ ਕੇ ਰਾਜਨੀਤਿਕ ਪਾਰਟੀਆਂ ਦਾ ਪਹਿਲਾਂ ਵੀ ਸੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਹੱਲ ਨਹੀਂ ਕਰਾ ਸਕੀਆਂ ਪਹਿਲਾਂ ਨੇ ਪੇਸ਼ੇਵਰ ਕਾਰਪੋਰੇਟ ਤੋਂ ਪੈਸਾ ਖਾਣ ਵਾਲੀਆਂ ਉਹੀ ਤੇ ਬਦਲ ਰਹੇ ਆ ਜਿਹੜੀ ਆਪਾਂ ਬਣਾਉਣੀ ਆ ਇਹਦੇ ਤੇ ਕੀ ਲੱਗਦਾ ਕਿ ਮਤਲਬ ਸਾਫ ਸੁਥਰੀ ਪਾਰਟੀ ਹੋਗੀ ਇਹ ਕਾਰਪੋਰੇਟਰ ਦੇ ਨਾਲ ਨਾ ਚੱਲੂ ਮੈਂ ਕਹਿੰਦਾ ਅਸੀਂ ਉਹ ਇਹ ਕਹਿ ਰਹੇ ਆ 117 ਇਮਾਨਦਾਰ ਸੇਵਾਦਾਰ ਕੈਂਡੀਡੇਟ ਲੱਭ ਲਿਓ ਜਿਹੜੇ ਰਾਜਨੀਤੀ ਕਰਨ ਵਾਸਤੇ ਨਾ ਆਉਣ ਦੇਸ਼ ਨੂੰ ਬਦਲਣ ਵਾਸਤੇ ਆਖਰ ਬਦਲੇਗਾ ਕਿਵੇਂ ਬਦਲੇਗਾ ਆਖਰ ਲਾਸਟ ਇਹ ਕਿ ਪੰਜਾਬ ਤੋਂ ਇਲਾਵਾ ਤੁਸੀਂ ਹਰਿਆਣੇ ਦੇ ਵਿੱਚ ਵੀ ਕੀ ਮੈਂ ਕਿਹਾ ਮਿਸ਼ਨ ਪੰਜਾਬ ਦਾ ਇਲੈਕਸ਼ਨ 2022 ਚ ਹੈ ਹਰਿਆਣੇ ਦਾ ਇਲੈਕਸ਼ਨ 2022 ਚ ਨਹੀਂ ਹੈ 2024 ਚ ਸੈਂਟਰ ਦਾ ਤੇ ਹਰਿਆਣੇ ਦਾ ਅਸੀਂ ਕਹਿ ਰਹੇ ਹਾਂ 22 ਤੋਂ ਲੈ ਕੇ 24 ਤੱਕ ਤੁਸੀਂ ਮਾਡਲ ਪੇਸ਼ ਕਰਕੇ ਦਿਖਾਓ ਨਾ ਜੀ ਵੀ ਇਸ ਤਰ੍ਹਾਂ ਸਰਕਾਰ ਚੱਲਣੀ ਚਾਹੀਦੀ ਹੈ ਫਿਰ ਪੂਰਾ ਦੇਸ਼ ਲੱਗੇਗਾ ਫਿਰ ਮਿਸ਼ਨ ਭਾਰਤ ਅੱਜ ਰਾਜੂ ਜੀ ਤੁਹਾਡੇ ਨਾਲ ਖੜੇ ਆ ਕਿ ਬੰਗਾ ਤੋਂ ਇਹ ਵੀ ਉਮੀਦਵਾਰ ਹੋਣਗੇ ਤੁਹਾਡੀ ਪਾਰਟੀ ਦੇ ਮੈਂ ਕਹਿੰਦਾ ਇਹ ਕੋਈ ਤੈਅ ਨਹੀਂ ਹੈ ਕਿਹੜਾ ਉਮੀਦਵਾਰ ਹੋਏਗਾ ਕਿਹੜਾ ਨਹੀਂ ਹੋਏਗਾ ਆਪਾਂ ਸਾਰੇ ਰਲ ਕੇ ਜਿਹਨੂੰ ਸਾਰੇ ਲੋਕ ਕਹਿਣਗੇ ਹਾਂ ਬਈ ਇਹ ਵਧੀਆ ਬੰਦਾ ਹੈ ਉਹ ਕਰ ਜਾਏਗਾ ਚੜੂਨੀ ਸਾਹਿਬ ਲਾਸਟ ਵਿੱਚ ਜਾਂਦੇ ਜਾਂਦੇ ਗੱਲ ਇੱਕ ਗੱਲ ਹੋਰ ਸਾਡੇ ਜਿਹੜੇ ਮਨ ਦੇ ਵਿੱਚ ਰੱਖਦੀ ਲੋਕਾਂ ਦਾ ਸਵਾਲ ਜਿਹੜਾ ਹੈ ਕਿ ਭਾਰਤੀ ਜਿਹੜੀ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਚੰਡੂਨੀ ਮਗਰ ਜਾਂ ਰਾਜੇਵਾਲ ਮਗਰ ਜਾਊਗਾ ਦੋਨਾਂ ਚ ਕਨਫਿਊਜ਼ਨ ਪੈਦਾ ਹੋ ਗਿਆ ਕਰਨਾ ਕੀ ਹੈ ਹੁਣ ਆਪਾਂ ਗਲਤ ਪੈਦਾ ਹੋ ਗਿਆ ਆਪਾਂ ਕੋਈ ਕੁਸ਼ਤੀ ਲੜ ਰਹੇ ਹਾਂ ਕੁਸ਼ਤੀ ਦੇ ਬਰਾਬਰ ਹੋ ਜਾਂਦਾ ਚੋਣਾਂ ਲੜਨਾ ਕੁਰਸੀ ਦੇ ਰਾਜੇਵਾਲ ਤੇ ਲੜ ਹੀ ਨਹੀਂ ਰਹੇ ਚੋਣਾਂ ਕਿੱਥੇ ਲੜ ਰਹੇ ਰਾਜੇਵਾਲ ਜੇ ਰਾਜੇਵਾਲ ਨਹੀਂ ਲੜ ਰਹੇ ਤੁਸੀਂ ਲੜ ਰਹੇ ਦੋਨੇ ਰਾਜੇਵਾਲ ਬਾਹ ਤਾਂ ਹੈਗੇ ਤੁਸੀਂ ਨਾ ਰਾਜੇਵਾਲ ਦੀ ਬਾਹ ਤਾਂ ਹੈ ਨਾ ਤੁਸੀਂ ਬਾਹ ਤੇ ਆਪਾਂ 40 ਅੰਗ 40 ਨਹੀਂ 40 ਨਹੀਂ ਸੈਂਕੜੇ ਕਿਸਾਨ ਯੂਨੀਅਨ ਸੈਂਕੜੇ ਸੰਗਠਨ ਰਲ ਰਹੇ ਨੇ ਆਪਾਂ ਰਲ ਕੇ ਅੰਦੋਲਨ ਲੜ ਰਹੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।